ਆ ਗੇਜ ਹੁੰਦਾ ਆਇਲ ਗੇਜ ਕਹਿ ਦਿੰਨੇ ਆ ਜਿਹਨੂੰ ਆਪਾਂ ਤੇ ਇਹ ਇੱਥੇ ਹੁੰਦਾ ਬੁਲਟ ਦੇ ਤੇ ਬਾਹਰ ਆ ਜਾਂਦਾ ਕੋਈ ਬਾਲੀ ਗੱਲ ਨਹੀਂ ਹੁੰਦੀ ਟਾਈਟ ਨਹੀਂ ਹੁੰਦਾ ਆ ਨਿਕਲਿਆ ਜਿਵੇਂ ਆ ਨਿਕ ਆ ਨਿੱਕੀ ਜਿਹੀ ਮੂਰੀ ਹੈ ਨਾ ੜੀ ਸਰਾਖ ਬਹੁਤ ਜ਼ਿਆਦਾ ਵੱਡਾ ਕੰਮ ਹੈ ਦਾ ਬੁਲਟ ਦੀ ਸਟਾਰਟਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿਉਂ ਆਉਂਦੀ ਆ ਜਾਂ ਮੀਹਾਂ ਚ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਇਹਦਾ ਰੋਲ ਹੁੰਦਾ ਇੰਨਾ ਸਾਨੂੰ ਮੈਂ ਦੱਸਦਾ ਹਾਂਜੀ ਸასი ਕਾਲ ਜੀ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਹਰਮਨ ਮਾਨ ਤੇ ਆਸ ਕਰਦੇ ਹਾਂ ਤੁਸੀਂ ਸਾਰੇ ਆਨੇ ਵਧੀਆ ਹੋਵੋਗੇ ਆਪਣੇ ਆਪਣੇ ਘਰਾਂ ਚ ਕੰਮਾਂ ਕਾਰਾਂ ਚ ਰਾਜੀ ਖੁਸ਼ੀ ਹੋਵੋਗੇ ਤੇ ਵਧੀਆ ਹੋਵੋਗੇ ਸੇਤਾਂ ਵਧੀਆ ਹੋਣਗੀਆਂ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਬੁਲਟ ਤੇ ਵੀਰੇ ਜਿਵੇਂ ਆਪਾਂ ਪਹਿਲਾਂ ਹੀ ਬਣਾਉਣੇ ਹੁੰਦੇ ਆ ਟਰੈਕਟਰਾਂ ਦੇ ਬਣਾਉਣੇ ਆ ਚਲੋ ਹਨਾ ਤੇ ਬੁਲਟਾਂ ਤੇ ਜਾਂ ਹੋਰ ਵੀ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਬਣਾਉਣੇ ਹੁੰਦੇ ਆ ਜੇ ਟਰੈਕਟਰ ਵਾਲੀਆਂ ਨਹੀਂ ਦੇਖੀਆਂ ਚੈਨਲ ਤੇ ਜਾ ਕੇ ਦੇਖ ਲਓ ਤੇ ਅੱਜ ਦੀ ਵੀਡੀਓ ਬਹੁਤ ਕੰਟ ਹੋਣ ਜਾਣੀ ਜਾਰੀ ਹੈ ਕਿਉਂਕਿ ਆਪਾਂ ਬਣਾਉਣੇ ਆ ਅਗੇਜ ਤੇ ਜਿਹੜਾ ਕੀ ਹੁੰਦਾ ਇੰਜਨ ਦਾ ਆਇਲ ਚੈੱਕ ਗੇਜ ਵੀ ਕਿੰਨਾ ਕੀ ਇੰਜਨ ਦੇ ਵਿੱਚ ਤੇਲ ਆ ਮਗਲੈਲ ਆ ਉਹਦੇ ਵਾਲਾ ਜਿਹੜਾ ਗੇਜ ਹੁੰਦਾ ਇਹ ਤੇ ਵੀਡੀਓ ਬਣਾਉਣੀ ਅੱਜ ਆਪਾਂ ਇਹਨੂੰ ਕਲੀਨ ਕਰਨਾ ਹੋਵੇ ਕਿਵੇਂ ਕਰ ਸਕਦੇ ਆ ਕਿਵੇਂ ਇਹ ਨਿਕਲਦਾ ਕਿਵੇਂ ਕਲੀਨ ਹੁੰਦੀ ਆ ਸਾਰੇ ਕਾਸੇ ਤੇ ਤੇ ਜੇ ਸਾਡਾ ਚੈਨਲ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਲਓ ਵੀਰੇ ਤੇ ਬੈਲ ਵਾਲਾ ਬਟਨ ਜ਼ਰੂਰ ਦਬਾ ਲਓ ਆਜੋ ਫਿਰ ਆਪਾਂ ਬੜਾ ਟਾਈਮ ਨਹੀਂ ਬਰਬਾਦ ਕਰਦੇ ਤੇ ਆਪਾਂ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਆਂ ਵੀਡੀਓ ਕਰਨੀ ਆਜੋ ਵੀਰੋ ਆਹ ਆ ਨਾ ਗੇਜ ਹੁੰਦਾ ਆ ਬੁਲੇਟ ਖੜਾ ਆਪਣਾ ਤੇ ਆ ਆਪਣਾ ਚੈਨਲ ਆ ਤੁਹਾਨੂੰ ਪਤਾ ਹੀ ਆ ਸਬਸਕ੍ਰਾਈਬ ਕਰ ਲਿਆ ਕਰੋ ਹਨਾ ਯਾਰ ਤੇ ਆ ਗੇਜ ਹੁੰਦਾ ਆਇਲ ਗੇਜ ਕਹਿ ਦਿੰਦੇ ਆ ਜਿਹਨੂੰ ਆਪਾਂ ਤੇ ਇਹ ਇੱਥੇ ਹੁੰਦਾ ਬੁਲਟ ਦੇ ਹੂੰ ਇਹਦੇ ਵਿੱਚ ਦੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਇਲ ਕਿੰਨਾ ਮਗਲੈਲ ਜਾਂ ਕਾਲਾ ਹੋ ਗਿਆ ਜਾਂ ਕਿਵੇਂ ਆ ਇਹ ਆਪਾਂ ਇੱਥੋਂ ਕੱਢਿਆ ਇਹ ਕਿਵੇਂ ਕੱਢਣਾ ਸਾਰਾ ਕੁਝ ਆਪ ਪੈਨ ਦਾ ਇੱਕ ਹਨਾ ਮੁਰੂ ਨਿਕਲਿਆ ਤੇ ਇਹਦਾ ਸਾਰਾ ਆਪਾਂ ਤੁਹਾਨੂੰ ਦੱਸਦੇ ਆ ਤੇ ਪਹਿਲਾਂ ਜੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਰ ਲਓ ਸਬਸਕ੍ਰਾਈਬ ਤੇ ਹਾਂਜੀ ਆਪਾਂ ਸ਼ੁਰੂ ਕਰਨਾ ਜਦੋਂ ਆਪਾਂ ਇਹ ਸਟੈਪ ਸ਼ੁਰੂਆਤ ਚ ਸਭ ਤੋਂ ਪਹਿਲਾਂ ਆਪਾਂ ਬੁਲਟ ਨੂੰ ਆਪਣੇ ਨੂੰ ਟੇਡੇ ਗੇਅਰ ਤੇ ਲਾਉਣਾ ਸਟੈਂਡ ਤੇ ਕਿਉਂਕਿ ਇਹਦੇ ਨਾਲ ਇਹਦਾ ਜਿਹੜਾ ਮਗਲੈਲ ਆ ਉਹ ਇੱਕ ਸਾਈਡ ਤੇ ਹੋ ਜਾਊਗਾ ਨਹੀਂ ਤਾਂ ਇੱਧਰ ਹੋਊਗਾ ਤੁਹਾਨੂੰ ਪਤਾ ਲੱਗ ਜਾਣਾ ਆਪਾਂ ਸਾਇਲੈਂਸਰ ਵੀ ਚੇਂਜ ਕਰ ਲਿਆ ਅੱਜ ਫੇਰ origianlly ਲਾ ਲਿਆ ਇਹਦੇ ਤੇ ਜਦੋਂ ਆਪਾਂ ਟੇਡੇ ਸਟੈਂਡ ਤੇ ਇਹਨੂੰ ਲਾ ਲਿਆ ਇੱਥੋਂ ਮਗਲੈਲ ਸਾਰਾ ਡਾਊਨ ਚੱਲ ਜਾਣਾ ਇਹਦਾ ਜਦੋਂ ਡਾਊਨ ਚੱਲ ਗਿਆ ਫਿਰ ਤੁਸੀਂ ਕੀ ਕਰਨਾ ਪਲਾਸ ਦੀ ਹੈਲਪ ਦੇ ਨਾਲ ਆ ਇੱਕ ਜਿਹਦੇ ਸਭ ਤੋਂ ਪਹਿਲਾਂ ਪੈਨ ਲੱਗਿਆ ਹੋਊਗਾ ਬਾਹਰ ਠੀਕ ਹੈ ਪਲਾਸ ਨਾਲ ਇਹਨੂੰ ਇਹ ਵਿੱਚੋਂ ਦੱਬਿਆ ਜੂ ਦੱਬ ਕੇ ਇਹਨੂੰ ਕੱਢ ਲੈਣਾ ਬਹੁਤ ਸੌਖਾ ਨਿਕਲ ਜਾਂਦਾ ਤੇ ਇਹਨੂੰ ਕੱਢ ਕੇ ਉਸ ਤੋਂ ਬਾਅਦ ਜਿਹੜਾ ਸ਼ੀਸ਼ਾ ਜਾਂ ਇਹ ਇੱਥੇ ਲੱਗਿਆ ਹੁੰਦਾ ਉਸ ਨੂੰ ਮਾ ਦੱਸ ਦਿੰਨਾ ਇੱਥੇ ਠੀਕ ਹੈ ਗਾਂ ਲੱਗਿਆ ਹੁੰਦਾ ਇਹਨੂੰ ਤੁਸੀਂ ਕਿਵੇਂ ਕੱਢਣਾ ਜਾਂ ਤਾਂ ਕੋਈ ਤੁਸੀਂ ਇਦਾਂ ਦਾ ਪੇਚ ਕਸ ਲੈ ਲਓ ਠੀਕ ਹੈ ਇਹ ਪੇਚ ਕਸ ਹੋ ਗਿਆ ਜਾਂ ਜਿਵੇਂ ਆਪਣੇ ਸੂਆ ਵਗੈਰਾ ਹੁੰਦਾ ਆ ਸੂਏ ਦੀ ਹੈਲਪ ਜੀ ਨਾਲ ਮੈਂ ਇਥੋਂ ਆਏ ਜੇ ਇਹਨੂੰ ਦੱਬ ਕੇ ਪ사 ਕੇ ਜਦੋਂ ਆਏ ਨੂੰ ਚੱਕੂਗਾ ਤੇ ਬਾਹਰ ਆ ਜਾਂਦਾ ਕੋਈ ਬਾਹਲੀ ਗੱਲ ਨਹੀਂ ਹੁੰਦੀ ਟਾਈਟ ਨਹੀਂ ਹੁੰਦਾ ਆ ਨਿਕਲਿਆ ਜਿਵੇਂ ਆਏ ਨਿਕਲਿਆ ਆਉਂਦਾ ਇਹ ਠੀਕ ਹੈ ਇਹਨੂੰ ਕੱਢ ਕੇ ਬਾਹਰ ਤੁਸੀਂ ਚੰਗੀ ਤਰ੍ਹਾਂ ਤੁਸੀਂ ਪਟਰੋਲ ਦੇ ਨਾਲ ਕਰ ਲਿਓ ਕਲੀਨ ਤੇ ਮੈਂ ਕਰ ਲਾਂ ਇਹਨੂੰ ਕਲੀਨ ਤੇ ਆਪਾਂ ਵੀਡੀਓ ਬੜੀ ਲੰਮੀ ਨਹੀਂ ਕਰਨੀ ਛੋਟੀ ਬਣਾਵਾਂਗੇ ਤਾਂ ਕਰਕੇ ਹੁਣ ਮੈਂ ਕਰਦਾ ਇਹਨੂੰ ਕਲੀਨ ਤੇ ਉਹਨਾਂ ਟਾਈਮ ਤੁਸੀਂ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਮੈਂ ਕੈਮਰਾ ਦੇਖਦਾ ਧਰ ਕੇ ਜਿਕੇ ਦੇ ਉੱਤੇ ਰਹਿ ਗਿਆ ਆ ਟਿਕ ਗਿਆ ਤੇ ਸਰਸਰ ਮਨ ਚੱਕ ਦਿੰਨੇ ਆਪਾਂ ਪੈਟਰੋਲ ਆ ਪੈਟਰੋਲ ਪਾਇਆ ਹੋਇਆ ਇਹ ਚ ਮੈਂ ਕੋਸੂਰ ਨਾ ਖਾਂਜ ਲਿਓ ਆ ਬੇਚੇ ਤੇ ਜੰਮ ਜਾਂਦਾ ਮਗਲੈਲ ਜਾ ਹੁਣ ਆਪਾਂ ਸਮਾਰ ਕੇ ਇਦਾਂ ਤੁਸੀਂ ਕੋਈ ਬ੍ਰਸ਼ ਬਰੋਸ਼ ਦੀ ਹੈਲਪ ਨਾਲ ਵੀ ਕਰ ਸਕਦੇ ਹੋ ਦੇਖ ਬੱਚੋ ਜਿਹੜਾ ਜੰਮਿਆ ਹੋਇਆ ਉਹਨੂੰ ਪਟਨਣਾ ਆਪਾਂ ਅਨੇ ਕਉਂ ਦੀ ਦੀਂਦਾ ਹੋਊਗਾ ਥੋੜਾ ਥੋੜਾ ਜਿਹਾ ਰਹਿ ਗਿਆ ਜੰਮਿਆ ਹੋਇਆ। ਹੋ ਕੇ ਹੁਣ ਤਾਂ ਖੁੱਲ ਹੀ ਆ ਤੇ ਰੋਜ਼ ਰੋਜ਼ ਇਹ ਚੀਜ਼ਾਂ ਖੁੱਲਦੀਆਂ ਵੀ ਨਹੀਂ। ਆ ਇਹਨਾਂ ਵਧੀਆ ਪੱਟਿਆ ਜੋ ਪਟਰਾਉਣ ਨਾਲ ਇਹ। ਤੇ ਇਹਨੂੰ ਕਰਕੇ ਸਾਫ ਸਾਰੇ ਨੂੰ ਫਿਰ ਆਪਾਂ ਉਧਰੋਂ ਬੋਲਟ ਦਾ ਇੰਜਨ ਕੰਨੀ ਉਹ ਵੀ ਕਰਾਂਗੇ। ਲਓ ਜੀ ਚੈੱਕ ਕਰੋ। ਆਹ ਨਹੀਂ ਕੋਈ ਆਇਨ ਲੀਕ ਲੂਕ ਨਹੀਂ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਮੈਨੂੰ ਲੱਗਦਾ ਹੋਰ ਵੀ ਕਈ ਮੋਟਰਸਾਈਕਲਾਂ ਤੇ ਹੁੰਦਾ ਏ ਬੋਲਟੇਜ ਤਾਂ ਚਲੋ ਹੁੰਦਾ ਹੀ ਹੁੰਦਾ ਆਇ ਨਹੀਂ ਹੈਗਾ ਵੀ ਖੋਲ ਕੇ ਲੀਕ ਹੋ ਜੂ ਆਇ ਨਹੀਂ ਲੀਕ ਲੂਕ ਹੁੰਦਾ ਹੁੰਦਾ ਏ ਰਾਬੜ ਹੁੰਦੀ ਹੈ ਕਾਫੀ ਮੋਟੀ ਹੁੰਦੀ ਹੈ ਦੀ ਤੇ ਹੁਣ ਚਮਕਾ ਲਾਂਗੇ ਪੂਰਾ ਵਧੀਆ ਆ ਲੋ ਚੈੱਕ ਕਰੋ ਹੁਣ ਤੁਸੀਂ ਓਕੇ ਦੀ ਹੋ ਗਿਆ ਰਿਪੋਰਟ ਤੇ ਇਹਨੂੰ ਆਪਾਂ ਰੱਖ ਲਈਏ ਇੱਕ ਸਾਈਡ ਤੇ ਠੀਕ ਹੈ ਤੇ ਇਹਨੂੰ ਮੈਂ ਵਿੱਚੋਂ ਕਰ ਲਿਆ ਸਾਫ਼ ਆਲਰੇਡੀ ਤੁਸੀਂ ਕਰ ਲਿਓ ਵਧੀਆ ਐ ਕਾਸੇ ਦੀ ਕੋਈ ਪੇਚ ਕਾਸ ਦੇ ਉੱਪਰ ਕੱਪੜਾ ਲਾ ਕੇ ਜਾਂ ਕਿਵੇਂ ਵੀ ਜਿਵੇਂ ਵੀ ਤੁਹਾਨੂੰ ਸੈੱਟ ਲੱਗਦਾ ਜਾਂ ਜਿਵੇਂ ਆਹ ਹੋ ਗਿਆ ਆਪਣਾ ਤੇ ਐਵੇਂ ਸੇ ਮੈਂ ਤਾਂ ਕਰ ਚੁੱਕਿਆ ਆਲਰੇਡੀ ਕਰ ਲਿਓ ਸਾਫ਼ ਠੀਕ ਹੈ ਤੇ ਉਹ ਦੂਵਾ ਦਾ ਜਿਹੜਾ ਆਪਾਂ ਆ ਕੀਤਾ ਹੋਇਆ ਸ਼ਿਸ਼ਾ ਸਾਫ਼ ਇਹ ਨੂੰ ਆਪ ਸਿੰਪਲੀ ਰੱਖ ਕੇ ਆਏ ਵਿੱਚ ਧਕਣਾ ਸੌਰੀ ਜੇ ਮੈਂ ਤੁਹਾਨੂੰ ਪੂਰਾ ਨਾਮ ਦਿਖਾ ਸਕਦਾ ਹਾਂ ਮੈਂ ਕਿਉਂਕਿ ਨਾਲ-ਨਾਲ ਮੈਂ ਉਹਨੂੰ ਪਾ ਵੀ ਰਿਹਾ ਵਿੱਚ ਤੇਨ ਸਦਾਇ ਕਰਕੇ ਆ ਗਿਆ ਵਿੱਚ ਇਹ ਸਮਾਰ ਕਿੰਨ ਟੱਕ ਲੈ ਵਿੱਚ ਮੈਂ ਇਹਨੂੰ ਕਰ ਲਾਂ ਸੈੱਟ ਫਿਰ ਤੁਹਾਨੂੰ ਦਿਖਾਉਣਾਗਾ ਠੀਕ ਹੈ ਸ਼ੀਸ਼ਾ ਜੀ ਆਪਣਾ ਪੈ ਗਿਆ ਤੁਹਾਨੂੰ ਮਸਮਾਰ ਕੇ ਜੁੰਗਰ ਕੇ ਤੁਹਾਨੂੰ ਦੇਖੋ ਕਲੀਨ ਕਿੰਨਾ ਹੋ ਗਿਆ ਇਹ ਤੇ ਇਹ ਤੋਂ ਬਾਅਦ ਇਹਦਾ ਜਿਹੜਾ ਰਿੰਗਾ ਬਾਹਰ ਲੱਗਣਾ ਲੋਕ ਤੇ ਆਪਾਂ ਇਹ ਲਾਵਾਂਗੇ ਤੇ ਇਹ ਪਲਾਸ ਨਾਲ ਦੱਬ ਕੇ ਲਾ ਲੇ ਹੁਣ ਮੇਰੇ ਕੋਲ ਕੋਈ ਕੈਮਰਾ ਵਾਲਾ ਮੁੰਡਾ ਨਹੀਂ ਮੈਂ ਤੁਹਾਨੂੰ ਸਾਰਾ ਸਾਹਮਣੇ ਦਿਖਾ ਦਾਂਦਾ ਕੋਈ ਐਡਾ ਚੱਕਰ ਵਾਲਾ ਕੰਮ ਨਹੀਂ ਹੈਗਾ ਇਹ ਤੇ ਉੱਥੇ ਦਾ ਰਿੰਗ ਤੁਸੀਂ ਦੇਖ ਲਓ ਹੁਣ ਲੱਗੂਗਾ ਠੀਕ ਹੈ ਜਿਹੜਾ ਉਹ ਸਾਈਡ ਤੇ ਤੇ ਥਾਂ ਬੰਨਦਾ ਉੱਥੇ ਦਾ ਰਿੰਗ ਪੈ ਜਾਣਾ ਪਲਾਸ ਨਾਲ ਲੱਗੂਗਾ ਦੱਬ ਕੇ ਨਹੀਂ ਤਾਂ ਮੈਂ ਤੁਹਾਨੂੰ ਲਾ ਕੇ ਸਾਹਮਣੇ ਉੱਪਰ ਕੈਮਰਾ ਵਾਲਾ ਹੈ ਨਹੀਂ ਬੰਦਾ ਫਿਰ ਵੀ ਚਲੋ ਮੈਂ ਇੱਕ ਵਾਰ ਟਰਾਈ ਕਰ ਲੈਣਾ ਪਰ ਦੋਨੇ ਹੱਥਾਂ ਬਿਨਾਂ ਗੱਲ ਨਹੀਂ ਬੰਦਨੀ ਮੈਨੂੰ ਲੱਗਦਾ ਤੇ ਆਪਾਂ ਰਿੰਗ ਨੂੰ ਮੈਂ ਤੁਹਾਨੂੰ ਦੱਸ ਦਣਾ ਫੜਨਾ ਕਿਵੇਂ ਐਂ ਕਰਕੇ ਆਪਾਂ ਪਲਾਸ ਚ ਇਹਨੂੰ ਫੜ ਲਿਆ ਤੇ ਲੋ ਬਣ ਗਈ ਗੱਲ ਤਾਂ ਆ ਚੱਕੋ ਇਹਨੂੰ ਥੋੜਾ ਇਹ ਮੈਂ ਘੁਮਾ ਕੇ ਦੇਖੂੰਗਾ ਕਿ ਘੁੰਮਦਾ ਮਤਲਬ ਕਿ ਸੈੱਟ ਹੋ ਗਿਆ ਤੇ ਪੇਚ ਕੱਸ ਪਾ ਗਿਆ ਪੈਨੂੰ ਖੋਲ ਕੇ ਦੇਖ ਲੋ ਓਕੇ ਹੈ ਜੀ ਰਿਪੋਰਟ ਜਮਾ ਆ ਲੋ ਤੁਹਾਡੇ ਸਾਹਮਣੇ ਹੋ ਗਿਆ ਠੀਕ ਹੈ ਤੇ ਹੁਣ ਆਪਾਂ ਇਹਨੂੰ ਟੇਡਾ ਕਰਕੇ ਦੇਖ ਐਧਰ ਨੂੰ ਕਰਦੇ ਆਂ ਕਿ ਮਗਲੈਲ ਉੱਪਰ ਆਉਂਦਾ ਕਿ ਕਿਵੇਂ ਆ ਵੀ ਕੰਮ ਆ ਗਿਆ ਜੀ ਦੇਖੋ ਚੈੱਕ ਕਰੋ ਹੋ ਗਿਆ ਨਾ ਕਲੀਨ ਦੇਖੋ ਜਮਾ ਐਨ ਓਕੇ ਹੋ ਗਿਆ ਹੁਣ ਸਾਫ ਦੇਖੋ ਕਿੰਨਾ ਹੋ ਗਿਆ ਪਹਿਲਾਂ ਜਮਾ ਗੰਦਾ ਹੋਇਆ ਵਾ ਜੀ ਸੌਰੀ ਮੈਂ ਪਹਿਲਾਂ ਨਹੀਂ ਦਿਖਾ ਸਕਿਆ ਵੀ ਕੀ ਕੰਡੀਸ਼ਨ ਸੀਗੀ ਦੀਦਾ ਹੀ ਨਹੀਂ ਸੀ ਕੁਛ ਇੱਥੋਂ ਹੁਣ ਲੱਗਦਾ ਦੇਖਣ ਨੂੰ ਓਕੇ ਬਹੁਤ ਸੋਹਣਾ ਲੱਗ ਰਿਹਾ ਤੇ ਐਂ ਤੁਸੀਂ ਵੀਰੋ ਕਰ ਸਕਦੇ ਹੋ ਦੇਖੋ ਉਹ ਕਹਿਣਾ ਤੇ ਜੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਉਹ ਕਰ ਲਓ ਕਿਉਂਕਿ ਇਦਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਣੇ ਹੁੰਦੇ ਆਪਾਂ ਤੇ ਇੱਕ ਆਪਣੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਸਪੋਰਟ ਦਿਖਾਇਆ ਕਰੋ ਵੀ ਤੁਸੀਂ ਕਿੰਨੀ ਸਪੋਰਟ ਕਰਦੇ ਹੋ ਹਨਾ ਸ਼ੇਅਰ ਕਰਨ ਦੇ ਨਾਲ ਸਾਨੂੰ ਵੀ ਐਂ ਹੁੰਦਾ ਹੈ ਹੌਸਲਾ ਮਿਲਦਾ ਵੀ ਤੁਸੀਂ ਕਰਦੇ ਹੋ ਸ਼ੇਅਰ ਤੇ ਆਪਾਂ ਜਿਆਦੇ ਤੋਂ ਜਿਆਦੇ ਇਦਾਂ ਦੀ ਕੋਈ ਘੈਂ ਘੈਂਟ ਵੀਡੀਓ ਬਣਾਈਏ ਤੁਹਾਡੇ ਲਈ ਤੇ ਵੀਰੋ ਆਹ ਵੀਡੀਓ ਨੂੰ ਵੀ ਦਬਾ ਕੇ ਕਰ ਦਿਓ ਸ਼ੇਅਰ ਸਾਰੇ ਬੋਲਟ ਵਾਲੇ ਭਰਾਵਾਂ ਨਾਲ ਸ਼ੇਅਰ ਕਰਦੇ ਕਿਉਂਕਿ ਇਹ ਚੀਜ਼ ਦੀ ਲੋੜ ਪੈਂਦੀ ਰਹਿੰਦੀ ਆ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸ ਹੀ ਦੇਣਾ ਹੋਣਾ ਵੀਡੀਓ ਤਾਂ ਬਣਾਈ ਰਹੇ ਆ ਆਹ ਜਿਹੜਾ ਪੁਆਇੰਟ ਹੁੰਦਾ ਬੋਲਟ ਦੇ ਹੁੰਦਾ ਤੇ ਇਹਨੂੰ ਇਹ ਕਾਦੇ ਲਈ ਹੁੰਦਾ ਕੀ ਫੰਕਸ਼ਨ ਹੈ ਇਹਦਾ ਇਹ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ 'ਚ ਜਿਹੜੇ-ਜਿਹੜੇ ਵੀਰਾਂ ਨੂੰ ਪਤਾ ਵੀ ਆਹ ਇਹ ਬਹੁਤ ਵੱਡਾ ਕੰਮ ਹੈ ਇਹਦਾ ਆ ਨਿੱਕੀ ਜਿਹੀ ਮੂਰੀ ਐ ਨਾ ਈ ਸਰਾਖ ਬਹੁਤ ਜ਼ਿਆਦਾ ਵੱਡਾ ਕੰਮ ਹੈ ਇਹਦਾ ਜਿੰਨਾ-ਜਿੰਨਾ ਵੀਰਾਂ ਨੂੰ ਤਾਂ ਪਤਾ ਉਹ ਕਮੈਂਟ ਕਰਕੇ ਦੱਸੋ ਜਿੰਨਾਂ ਨੂੰ ਨਹੀਂ ਪਤਾ ਉਹ ਵੀਡੀਓ ਚ ਕਮੈਂਟ ਕਰੋਗੇ ਵੀਰੇ ਵੀਡੀਓ ਬਣਾ ਫਿਰ ਆਪਾਂ ਇਹਦੇ ਬਾਰੇ ਤੁਹਾਨੂੰ ਪੂਰੀ ਨੌਲੇਜ ਦੇਵਾਂਗੇ ਜਾਣਕਾਰੀ ਦੇਵਾਂਗੇ ਵੀ ਇਹ ਕਾਹਦੇ ਹਾਸ ਚੋਂ ਦਾ ਬਹੁਤ ਇਪੋਰਟੈਂਟ ਹੈ ਇਹਦਾ ਫੰਕਸ਼ਨ ਹੁੰਦਾ ਬਹੁਤ ਜਿਆਦਾ ਇਪੋਰਟੈਂਟ ਫੰਕਸ਼ਨ ਹੈ ਇਹਦਾ ਬੋਲਟ ਚ ਬੋਲਟ ਦੀ ਸਟਾਰਟਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ ਕਿਉਂ ਆਉਂਦੀ ਆ ਜਾਂ ਮੀਹਾ ਚ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਇਹਦਾ ਰੋਲ ਹੁੰਦਾ ਇੰਨਾ ਤੁਹਾਨੂੰ ਮੈਂ ਦੱਸਤਾ ਹੁਣ ਗਾਂ ਤੁਸੀਂ ਦੱਸਣਾ ਵੀ ਇਹਦਾ ਕੀ ਰੋਲ ਹੁੰਦਾ ਠੀਕ ਹੈ ਨਾ ਇਹ ਮੂਰੀ ਜੀ ਦਾ ਹਾਂ ਤੇ ਆਪਾਂ ਨੂੰ ਦੱਸਿਓ ਬਾਕੀ ਜੇ ਨਹੀਂ ਪਤਾ ਤਾਂ ਕਮੈਂਟ ਕਰ ਦਿਓ ਆਪਾਂ ਅਗਲੀ ਵੀਡੀਓ ਇਹਦੇ ਜ਼ਰੂਰ ਬਣਾ ਦੇਾਂਗੇ ਤੇ ਪਰ ਉਹਦੇ ਲਈ ਤੁਹਾਨੂੰ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਨਾ ਪੈਣਾ ਕੋ ਟੋ ਘਾਟੇ ਤੇ ਆ ਨਾਂ ਵਾਲੇ ਤਾਂ ਹਜ਼ਾਰ ਲਾਈਕ ਕਰ ਦੋ ਵੀਡੀਓ ਤੇ ਜੇ ਹਜ਼ਾਰ ਲਾਈਕ ਹੋ ਗਏ ਫਿਰ ਮੈਂ ਇਹਦੇ ਬਾਰੇ ਤੁਹਾਨੂੰ ਨੌਲੇਜ ਦੇਵਾਂਗਾ ਵੀ ਇਹ ਕਾਹ ਤੋਂ ਹੁੰਦਾ ਨਿੱਕੇ ਨਿੱਕੀਆਂ ਚੀਜ਼ਾਂ ਗੱਡੀਆਂ ਦੀਆਂ ਬਾਈਕ ਦੀਆਂ ਕੋਈ ਟਰੈਕਟਰਾਂ ਦੀਆਂ ਜਾਂ ਇਦਾਂ ਦੀ ਨੌਲੇਜ ਲੈਣੀ ਹੈ ਮਕੈਨਿਕਲੀ ਤਾਂ ਆਪਣੇ ਚੈਨਲ ਨਾਲ ਜੁੜ ਜਾਓ ਵੀਰੋ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਤੁਹਾਡੇ ਲਈ ਆਪਾਂ ਇਹ ਜੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਥੈਂਕ ਯੂ ਅਲਵੈਦਾ ਜੀ ਤੇ ਇਹਨਾਂ ਨੂੰ ਕਰ ਲੋ ਸਬਸਕ੍ਰਾਈਬ ਜ਼ਰੂਰੀ ਆ